ਕੀ ਅੰਨੀ ਆ ਰੁਪਈਆ 5000 ਸ਼ਾਮਾਂ ਨੂੰ ਦਵੀ ਮੈਂ ਨਾਲੇ ਆਪਣਾ ਸੂਟ ਲਿਆਉਣਾ ਤੇ ਨਾਲੇ ਤੁਹਾਡੀ ਭੈਣ ਦਾ ਉਹਨਾਂ ਵੀ ਆਉਣਾ ਰੱਖੜੀ ਲੈ ਕੇ ਹੈ 1500 ਦਾ ਮੈਂ ਕੀ ਲਿਆਵਾਂ 1500 ਦਾ ਤੇ ਮੇਰਾ ਸੂਟ ਨਹੀਂ ਆਉਣਾ ਕਿਉਂ ਮਾੜੀ ਰੱਖੜੀ ਨਹੀਂ ਖੜਨੀ ਮੈਂ ਉਹ ਮੇਰੇ ਭਤੀਏ ਆਂਦੇ ਆ ਕਿ ਭਾਲੂ ਵਾਲੀ ਰੱਖੜੀ ਲਿਆਵੀਂ ਤੇ ਨਾਲ ਘੜੀਆਂ ਵਾਲੀਆਂ ਆਹੋ ਉਹ ਸਸਤੀਆਂ ਨਹੀਂ ਹੁੰਦੀਆਂ ਧਾਗਾ ਤੂੰ ਬੰਨ ਲਈ ਦਹਾਂ ਵਾਲਾ ਉਹ ਨਹੀਂ ਬੰਨਦੇ ਆਹੋ ਸ਼ਕੀਨ ਨੇ ਨਿਆਣੇ ਉਹ ਜਮਾਨੇ ਨਹੀਂ ਰਹੇ ਰੁਪਈਆ ਦਵੀ ਮੈਨੂੰ 5000 ਤੇ ਫਿਰ ਮੈਂ ਸੂਟ ਲਿਆਉਂਗੀ ਦੋ ਨਾਲ ਰੱਖੜੀਆਂ ਲੈ ਆਉਂਗੀ ਤੇ ਡੱਬਿਆਂ ਦੇ ਵੱਖਰੇ ਦਵੀ ਆਹੋ ਐਦਾਂ ਕਿਤੇ ਜੇ ਤੇਰੀ ਭੈਣ ਆਈ ਤੇ ਐਦਾਂ ਕਿਤੇ ਉਹਦਾ ਸਾਹਮਣੇ ਮੈਨੂੰ ਬੋਲਿਆ ਤੇ ਮੈਂ ਅੱਗੋਂ ਬੇਇੱਜ਼ਤੀ ਕਰ ਦੇਣੀ ਤੇਰੀ ਬਾਜ ਨਾ ਆਖੀ ਹੈ ਜਦੋਂ ਭੈਣ ਹੁੰਦੀ ਘਰ ਤਿੜ ਤਿੜ ਮੇਰੇ ਸਿਰ ਚੜਦਾ ਜਦੋਂ ਭੈਣ ਕੋਈ ਜਾਂ ਫਿਰ ਬੰਦੇ ਆ ਜਾਣੇ ਤੇ ਨਾਲ ਤੇ ਮੇਰੇ ਸਿਰ ਚੜਦਾ ਵਾ ਹੈ ਕੱਲ ਤੇ ਕੱਲ ਜਿਹੜਾ ਜੱਗਾ ਆਇਆ ਨਾਲ ਉਹਦੇ ਸਾਹਮਣੇ ਮੈਨੂੰ ਗਾਲਾਂ ਕੱਢਤੀਆਂ ਫਿੱਕੀ ਚਾਹ ਬਣਾਤੀ ਤੇ ਮੈਂ ਲੱਗੀ ਹਾਂ ਤੇਰੀ ਉਹਦੇ ਸਾਹਮਣੇ ਬੇਇੱਜ਼ਤੀ ਕਰਨ ਨਾਲੇ ਮੈਂ ਇਹਨੂੰ ਪਤਾ ਲੱਗੇ ਕਿ ਘਰ ਚ ਕਿੰਨੀ ਇੱਜ਼ਤ ਆ ਹੈ ਓਨਾ ਹੀ ਤਿੜਦਾ ਪੈਸੇ ਮੈਨੂੰ ਦੇ ਰੱਖੜੀਆਂ ਲਿਆਵਾਂ ਹਾਂ ਔਰ ਧੀ ਧਿਆਣੀ ਨੇ ਆਉਣਾ ਨਾਲੇ ਰੱਖੜੀ ਬੰਨਣ ਨਿਆਣਿਆਂ ਦੀ ਭੂਆ ਨੇ ਤੇ ਅਗਲਿਆਂ ਨੂੰ ਇਹੋ ਹੀ ਧੀਆਂ ਨੂੰ ਹੁੰਦਾ ਵਾ ਕਿ ਚੱਲ ਸਾਲ ਬਾਅਦ ਇਹ ਹੋਰ ਕੀ ਉਹਨਾਂ ਨੂੰ ਚਾਹੀਦਾ ਸਾਲ ਬਾਅਦ ਉਮੀਦ ਹੁੰਦੀ ਕਿ ਚੱਲ ਸੂਟ ਸਾਟ ਮਿਲਣਾ ਵਾ ਹੈ ਉਹਨਾਂ ਵਿਚਾਰੀਆਂ ਕਿਤੇ ਮੂੰਹ ਮੰਗ ਕੇ ਲੈਣਾ ਜੋ ਦੇਤਾ ਵਿਚਾਰੀਆਂ।